ਪਿਛਲੇ 3 ਦਿਨਾਂ ਤੋਂ ਧਰਨੇ ਤੇ ਬੈਠੇ ਕਿਸਾਨਾਂ ਨੇ ਲੁਧਿਆਣਾ ਫਿਰੋਜ਼ਪੁਰ ਰੋਡ ਨੂੰ ਜਾਮ ਕਰ ਦਿੱਤਾ। ਕਿਸਾਨਾਂ ਦਾ ਆਰੋਪ ਹੈ ਕਿ ਬੈਂਕਾਂ ਚੋਂ ਲੋਨ ਲੈਂਦੇ ਵੇਲੇ ਉਹਨਾਂ ਤੋਂ ਬਲੈਂਕ ਚੈੱਕ ਦੇ ਨਾਲ ਨਾਲ ਜ਼ਮੀਨਾਂ ਦੇ ਕਾਗਜ਼ਾਤ ਵੀ ਲਏ ਜਾ ਰਹੇ ਨੇ। ਕਿਸਾਨ ਲੁਧਿਆਣਾ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਮੁੱਖ ਸ਼ਾਖਾ ਦਾ ਘਿਰਾਓ ਕਰਨ ਜਾ ਰਹੇ ਸਨ, ਜਿਨ੍ਹਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕ ਲਿਆ ਅਤੇ ਉਹ ਨੈਸ਼ਨਲ ਹਾਈਵੇ ਤੇ ਹੀ ਧਰਨੇ ਤੇ ਬੈਠ ਗਏ, ਜਿਸ ਦੇ ਚਲਦਿਆਂ ਲੁਧਿਆਣਾ ਫਿਰੋਜ਼ਪੁਰ ਰੋਡ ਜਾਮ ਹੋ ਗਈ ਅਤੇ ਪੁਲਿਸ ਨੂੰ ਦੂਜੇ ਪਾਸਿਓਂ ਗੱਡੀਆਂ ਨੂੰ ਕੱਢਣਾ ਪਿਆ। ਗੌਰਤਲਬ ਹੈ ਕਿ ਕਿਸਾਨ ਕਰੀਬ 3 ਦਿਨਾਂ ਤੋਂ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਇਆਲੀ ਚੌਕ ਕੋਲ ਇੱਕ ਖਾਲੀ ਪਲਾਟ ਤੇ ਧਰਨੇ ਤੇ ਬੈਠੇ ਸਨ। ਅੱਜ ਅਸੀਂ ਕਿਉਂਕਿ 3 ਦਿਨ ਸ਼ਾਂਤੀਪੂਰਵਕ ਉੱਥੇ ਬੈਠੇ ਹਾਂ, ਸਰਕਾਰ ਨੇ 17 ਤਰੀਕ ਦੀ ਮੀਟਿੰਗ ਦਿੱਤੀ ਸਾਨੂੰ, ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਕਿ 20 ਨੂੰ ਹਰ ਹਾਲਤ ਹੱਲ ਕੱਢਾਂਗੇ ਤੇ 20 ਨੂੰ ਮੀਟਿੰਗ ਬੇਸਿੱਟਾ ਰਹੀ ਸਰਕਾਰ ਦੀ ਨਲਾਇਕੀ ਕਰਕੇ। ਇੱਕ ਪਾਸੇ ਉਹ ਮੰਨਦੇ ਹੈ ਕਿ ਜਿੰਨੇ ਇਹ ਸਾਰੇ ਚੈੱਕ ਲਏ ਆ ਗੈਰ ਕਾਨੂੰਨੀ ਹੈ, ਜੇ ਕੋਈ ਗੈਰ ਕਾਨੂੰਨੀ ਕੰਮ ਕਰਦਾ ਉਹਦੇ ਪਰਚਾ ਹੋਣਾ ਚਾਹੀਦਾ ਹੈ, ਅਸੀਂ ਮੰਗ ਰਹੀ ਵੈਲਨ ਤੇ ਪਰਚਾ ਕਰੋ। ਉਦੋਂ ਕਹਿੰਦੇ ਜੀ ਪਿਛਲੀ ਸੱਡੋ ਗਾਹਾਂ ਵਾਲੀ ਆਪਾਂ ਗੱਲ ਕਰੀਏ, ਉਦੋਂ ਗਾਹਾਂ ਸਾਡੀਆਂ 3 ਜਾਂ ਗੱਲਾਂ ਸੀਗੀਆਂ ਜਿਹੜੀਆਂ ਮੇਨ, ਕਿ ਜਿੰਨੇ ਉਹ ਬੈਂਕਾਂ ਨੇ ਚੈੱਕ ਲਏ ਆ ਚਾਹੇ ਉਹ ਭਰੇ ਆ ਚਾਹੇ ਖਾਲੀ ਹੈ, ਜਦੋਂ ਜ਼ਮੀਨ ਲੈ ਲਈ ਹੋਰ ਗਰੰਟੀ ਦਾ ਮਤਲਬ ਕੋਈ ਨਹੀਂ, ਇਹ ਗੈਰ ਕਾਨੂੰਨੀ ਵੀ ਹੈ, ਟੋਟਲ ਜਿਹੜੇ ਚੈੱਕ ਆ ਉਹ ਵਾਪਸ ਕਰੋ। ਉਦੋਂ ਗਾਹਾਂ ਇਹਨਾਂ ਨੇ ਹਜ਼ਾਰਾਂ ਬੰਦਿਆਂ ਤੇ ਕੋਰਟਾਂ 'ਚ ਕੇਸ ਲਾਏ ਹੋਏ ਆ ਜਿਨ੍ਹਾਂ ਨੂੰ 2-2 ਸਾਲ ਦੀ ਸਜ਼ਾ ਹੋ ਜਾਣੀ ਹੈ, ਉਹ ਸਾਰੇ ਕੋਰਟ ਕੇਸ ਵਾਪਸ ਲਓ। 30 ਬੰਦੇ ਜੇਲ੍ਹਾਂ ਦੇ ਵਿੱਚ ਬੰਦ ਹੈ, ਕੋਈ 2 ਸਾਲ ਦੀ ਸਜ਼ਾ ਜਾਂ ਕੋਈ 2.5 ਸਾਲ ਦੀ ਸਜ਼ਾ ਜਾਂ ਕੋਈ 1.5 ਸਾਲ ਦੀ ਸਜ਼ਾ ਚਾਹੇ, ਉਹਨਾਂ ਸਾਰਿਆਂ ਨੂੰ ਬਿਨਾਂ ਸ਼ਰਤ ਰਿਹਾ ਕਰੋ। ਇਹ ਸਾਡੀਆਂ 3 ਗੱਲਾਂ ਸੀ ਤੇ ਸਰਕਾਰ ਕਿੱਥੇ ਆਉਂਦੀ ਹੈ ਵੀ ਜਿਹੜੇ 5 ਕਿੱਲਿਆਂ ਦੇ ਮਾਲਕ ਹੈ ਕਿਸਾਨ, ਅਸੀਂ ਉਹਨਾਂ ਦੇ ਜਿਹੜੇ ਚੈੱਕ ਹੈ ਨਹੀਂ ਲਾਵਾਂਗੇ ਤੇ 10 ਲੱਖ ਰੁਪਏ ਤੱਕ 5 ਕਿੱਲੇ 10 ਤੱਕ ਤੱਕ ਅਸੀਂ ਸੋੜ ਦਿੰਨੇ ਆ। ਅਸੀਂ ਕਿਹਾ ਵੀ ਇਸ ਗੱਲ ਨੂੰ ਨਿਬੇੜਨ ਦੇ ਲਈ ਅਸੀਂ ਇਹ ਉਹਨਾਂ ਨੂੰ ਆਫਰ ਦਿੱਤੀ ਸੀ ਕਿ 10 ਲੱਖ ਰੁਪਇਆ 10 ਕਿੱਲੇ ਤੇ ਜਿੰਨੇ ਕੋਈ ਕੇਸ ਤੁਹਾਡੇ ਬਣਾਏ ਆ ਜਾਂ ਜੇਲ੍ਹਾਂ 'ਚ ਕਰਨ ਨੂੰ ਸਾਨੂੰ ਰਿਹਾ ਕਰੋ। ਆਹ ਜਿਹੜੀਆਂ ਮੰਗਾਂ ਦੇ ਸੰਬੰਧ ਸਾਡੀ ਕਿਹੜਾ ਗੱਲ ਮੁੱਕਦੀ ਹੈ। ਅਸੀਂ ਇੱਥੇ ਜਾਮ ਲਾਤਾ ਵਾ, ਜਿਵੇਂ ਸਾਡੇ ਪ੍ਰਧਾਨ ਜੀ ਪਹਿਲਾਂ ਕਹਿ ਕੇ ਗਏ ਆ ਵੀ ਇੱਥੋਂ ਅਸੀਂ ਉਨਾ ਚਿਰ ਹਿੱਲਣਾ ਨਹੀਂ ਜਾਂ ਮੋਰਚਾ ਚੱਕਣਾ ਨਹੀਂ ਜਿੰਨਾ ਚਿਰ ਸਾਡੇ ਸਾਰੇ ਦੇ ਸਾਰੇ ਚੈੱਕ, ਭਲਾ 5 ਕਿੱਲੇ ਵਾਲਾ, ਭਲਾ 20 ਕਿੱਲੇ ਵਾਲਾ ਚੈੱਕ ਆ, ਸਾਨੂੰ ਵਾਪਸ ਕਰੇ, ਫਿਰ ਜਾ ਕੇ ਅਸੀਂ ਕੋਈ ਸੋਚ ਸਕਦੇ ਹਾਂ, ਸਰਕਾਰ ਨਾਲ ਗੱਲਬਾਤ ਕਰ ਸਕਦੇ ਹਾਂ, ਨਹੀਂ ਤਾਂ ਸਾਡਾ ਮੋਰਚਾ ਉਨਾ ਚਿਰ ਇਸੇ ਤਰ੍ਹਾਂ ਜਾਰੀ ਰਹੂਗਾ, ਕੱਲ੍ਹ ਨੂੰ ਇਦੋਂ ਸਖ਼ਤ ਕਰਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।